ਸਸ਼ੀਕਲ ਜੀ ਅਸੀਂ ਬੁਲਵੀ ਸਟੋਰ ਪੋਸਟ ਵਿੱਚ ਲੁਧਿਆਣਾ ਤੋਂ ਬੋੜੇ ਸਾਰ ਨੂੰ ਪਿਆਰ ਭਰੀ ਸਸ਼ੀਕਲ ਅਸੀਂ ਆਈ ਹੋਪ ਕਿ ਸਭ ਠੀਕ ਠਾਕ ਹੋਣਗੇ ਅਸੀਂ ਲਾਈਵ ਕਰ ਰਹੇ ਹਾਂ ਬਹੁਤ ਦਿਨ ਬਾਅਦ ਪਿਓਰ ਦੇ ਅੰਸੀ ਸੂਟਾਂ ਦਾ ਜਿਵੇਂ ਕਿ ਤੁਹਾਨੂੰ ਪਤਾ ਸੀ ਰੋਲ ਲਾਈਵ ਕਰਦੇ ਸੀ ਪਹਿਲਾਂ ਪਰ ਤੁਹਾਨੂੰ ਪਤਾ ਵਾ ਕਿ ਇਹਨਾਂ ਰਾਤਰੇ ਚੱਲ ਰਹੇ ਨੇ ਤੁਹਾਨੂੰ ਪਤਾ ਸਭ ਬੈਡੀ ਸੀਨ ਚੱਲ ਰਿਹਾ ਬਾਤੇ ਰਸ਼ ਹੋਣ ਦੇ ਕਾਰਨ ਅਸੀਂ ਦੋ ਤਿੰਨ ਤੁਹਾਨੂੰ ਵੀਡੀਓ ਨਹੀਂ ਪ੍ਰੋਵਾਈਡ ਕਰਵਾਏ ਬਹੁਤ ਬਹੁਤ ਸੌਰੀ ਮੰਗਦੇ ਆ ਬਹੁਤ ਕਸਟਮਰ ਦੇ ਵਟਸਐਪ ਆ ਰਹੇ ਨੇ ਡੀਐਮ ਆ ਰਹੇ ਨੇ ਕਾਲਸ ਆ ਰਹੀਆਂ ਨੇ ਕਿ ਸਾਨੂੰ ਡਿਮਾਂਡ ਹੈਗੀ ਆ ਸੂਟਾਂ ਦੀ ਅਸੀਂ ਸੂਟਾਂ ਦੀਆਂ ਨੂੰ ਵੀਡੀਓ ਕਾਲ ਦਿਖਾਈ ਜਾਣ ਜਾਂ ਸਾਨੂੰ ਵੀਡੀਓ ਪ੍ਰੋਵਾਈਡ ਕਰਾਈ ਜਾਵੇ ਤਾਂ ਅਸੀਂ ਬਹੁਤ ਟਾਈਮ ਨਿਕਾਲ ਕੇ ਇੱਥੋਂ ਅਸੀਂ ਵੀਡੀਓ ਪ੍ਰੋਵਾਈਡ ਕਰਵਾ ਰਹੇ ਹਾਂ ਕਿ ਤੁਸੀਂ ਬਾਤ ਤੋਂ ਬਾਤ ਇਹ ਵੀਡੀਓ ਨੂੰ ਸ਼ੇਅਰ ਕਰੋ ਕਿ ਇਹ ਵੀਡੀਓ ਕੋਈ ਆਤੀ ਡੇਢ ਦੇ ਅੰਦਰ ਗੱਲ ਕਰੀਏ ਤਾਂ ਕਰਵਾਚੋ ਦਾ ਪਵਿੱਤਰ ਤਿਹਾਰ ਵੀ ਆ ਰਿਹਾ ਵਾ ਪਲਜ਼ ਹਰ ਘਰ ਚ ਫੈਮਿਲੀ ਫੰਕਸ਼ਨ ਹੈਗੇ ਨੇ ਔਰ ਹਰ ਕਸਟਮਰ ਨੂੰ ਨੀਡ ਹੈਗੀ ਆ ਡਿਜ਼ਾਈਨਰ ਸੂਟਾਂ ਦੀ ਜਿਹੜੇ ਪਿਓਰ ਦੇ ਸੂਟ ਹੋਣ ਆ ਸਾਡੇ ਸ਼ਾਪ ਦੇ WhatsApp ਨੰਬਰ ਨੇ ਤੁਸੀਂ ਕਿਸੇ ਵੀ ਨੰਬਰ ਤੇ ਕਾਲ ਕਰਕੇ ਜਾਂ ਆਪਣਾ ਸਕਰੀਨਸ਼ਾਟ ਭੇਜ ਕੇ ਆਪਣੀ ਪਿੱਸਾਂ ਦੀ ਬੁਕਿੰਗ ਕਰ ਸਕਦੇ ਹੋ ਸ਼ਿਪਿੰਗ ਆਪਣੀ ਵਰਲਡਵਾਈਡ ਹੈਗੀ ਆ ਕਿਤੇ ਵੀ ਬੈਠ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਆ ਨੰਬਰ ਨੋਟ ਕਰ ਲਓ ਸਕਰੀਨਸ਼ਾਟ ਲੈ ਲਓ ਜਾਂ ਨੰਬਰ ਸੇਵ ਕੋਈ ਇੱਕ ਨੰਬਰ ਸੇਵ ਕਰ ਲਓ ਇਕ ਨੰਬਰ ਸੇ ਕਰ ਨਮਾਜ ਹੈ ਫਸਟ ਸੇ ਸੈਕਿੰਡ ਚ ਥਰਡ ਉਸ ਨੰਬਰ ਤੇ ਤੁਸੀਂ ਕਾਲ ਕਰਿਓ ਉਸ ਨੰਬਰ ਤੇ ਤੁਸੀਂ ਵਟਸਐਪ ਕਰਿਓ ਤੇ ਤੁਹਾਨੂੰ ਹਰ ਪੀਸ ਦੀ ਬੁਕਿੰਗ ਜਾਂ ਤੁਹਾਨੂੰ ਬਾਕੀ ਦਾ ਤੁਹਾਨੂੰ ਅਸੀਂ ਪੂਰਾ ਸਮਝਾਵਾਂਗੇ ਇਸ ਵੀਡੀਓ ਦੇ ਅੰਦਰ ਕਿ ਫੈਬਰਿਕ ਕੀ ਹੈਗਾ ਵਾ ਕਿੱਦਾਂ ਦੀ ਐਮਬ੍ਰੋਇਡਰੀ ਹੈਗੀ ਆ ਅਗਰ ਉਸ ਤੋਂ ਬਾਅਦ ਵੀ ਕੀ ਮਨ ਉਡੀ ਕੰਫਿਊਜ਼ਿੰਗ ਰਹਿ ਜਾਏ ਤਾਂ ਤੁਸੀਂ ਨੰਬਰਾਂ ਤੇ ਗੱਲ ਕਰਕੇ ਜਾਂ ਕਾਲ ਕਰਕੇ ਜਾਂ ਵਟਸਐਪ ਕਰਕੇ ਆਪਣੀ ਜਾਣਕਾਰੀ ਲੈ ਸਕਦੇ ਹੋ ਅੱਜ ਥੋੜਾ ਜਿਹਾ ਗਲਖਾ ਆ ਵਾ ਤੇ ਉਸ ਆਉਣਾ ਬੋਲਾ ਜਾਏਗਾ ਇਹ ਆਏਗਾ ਜੀ ਡਿਜ਼ਾਈਨ ਨੰਬਰ 1 ਹੋਏਗਾ ਸਿਸਟਰ ਜੀ ਇਹ ਹੈਗਾ ਜੀ ਡਾਰਕ ਚਾਰਕੂਲ ਗ੍ਰੇ ਕਲਰ ਹੈਗਾ ਵਾ ਔਰਗੈਂਜ਼ਾ ਦਾ ਫੈਬਰਿਕ ਆ ਔਰ ਵਿਦ ਲਾਈਨਿੰਗ ਨਾਲ ਆ ਸਿਸਟਰ ਜੀ ਇਹਦੇ ਔਰ ਆ ਹੈਗਾ ਜੀ ਵਾਕ ਇਹਦਾ ਡੋਰੀ ਦਾ ਤੇ ਐਂਡ ਸੀਕਵੈਂਸ ਦਾ ਵਾਕ ਕੀਤਾ ਹੋਇਆ ਵਾ ਔਰ ਆ ਹੈਗਾ ਦੁਪੱਟਾ ਸਟੋਲ ਡਿਜ਼ਾਈਨਰ ਦੁਪੱਟਾ ਵਾ ਜੀ ਚ ਫਲਾਵਰਸ ਬਹੁਤ ਅੱਛੇ ਹੈਗੇ ਨੇ ਗ੍ਰੇ ਦੇ ਉੱਪਰ ਮਹਿਰੂਨ ਕਲਰ ਰੈੱਡ ਕਲਰ ਮਸਟਰਡ ਯਾਨੀ ਕਿ ਦੁਪੱਟਾ ਬਹੁਤ ਵੱਡਾ ਨਹੀਂ ਹੈਗਾ ਤੇ ਬਹੁਤ ਛੋਟਾ ਨਹੀਂ ਹੈਗਾ ਪ੍ਰੋਪਰ ਡਿਜ਼ਾਈਨਰ ਲੁੱਕ ਦਿੱਤਾ ਗਿਆ ਲੋਕਾਂ ਨੂੰ ਇਹ ਹੈਗਾ ਜੀ ਡਿਜ਼ਾਈਨ ਨੰਬਰ 1 ਹੋਏਗਾ 9270 ਓਨਲੀ 4G 92170 ਦੀ ਰੇਂਜ ਹੋਏਗਾ ਜੀ ਸਾਡਾ ਡਿਜ਼ਾਈਨ ਨੰਬਰ 1 ਔਰ ਕਿਸੇ ਵੀ ਆਰਟੀਕਲ ਨਾਲ ਤੁਸੀਂ ਕਲੀਆਂ ਵਾਲਾ ਸ਼ਾਰਾ ਪੈਨ ਪਲਾਜ਼ੋ ਕੁਝ ਵੀ ਰੈਡੀ ਕਰਾ ਸਕਦੇ ਹੋ ਤੁਹਾਡੀ ਖੁਦ ਹੀ ਰਿਕੁਆਇਰਮੈਂਟ ਹੋਏਗੀ ਔਰ ਇਹ ਹੈਗਾ ਜੀ ਡਿਜ਼ਾਈਨ ਨੰਬਰ 2 ਔਰ ਇਹ ਜਿੰਨੇ ਵੀ ਸਿਸਟਰ ਆਰਟੀਕਲ ਹੈਗੇ ਨੇ ਸਾਰੇ ਪਿਓਰ ਦੇ ਫੈਬਰਿਕ ਨੇ ਕੋਈ ਵੀ ਸੰਟਾਟੀ ਟੱਚ ਨਹੀਂ ਹੋਏਗਾ ਕੋਈ ਵੀ ਮਸ਼ੀਨੀ ਕੰਮ ਨਹੀਂ ਹੋਏਗਾ ਸਾਰੇ ਇੱਕ ਤੋਂ ਇੱਕ ਆ ਪੀਸ ਜਿਹੜੇ ਹੋਣਗੇ ਸਾਰੇ ਡਿਜ਼ਾਈਨਰ ਦੇ ਹੋਣ ਵਾਲੇ ਨੇ ਆਹ ਲੋ ਜੀ ਇਹ ਹੈ ਗਾਜ਼ੀ ਬਨਾਰਸੀ ਜੋੜ ਦੇ ਉੱਪਰ ਬਣਿਆ ਹੋਇਆ ਵਾ ਸ਼ਰਦਾ ਫਰੰਟ ਵੀ ਸੇਮ ਆ ਬੈਕ ਵੀ ਸੇਮ ਆ ਔਰ ਇਹ ਬਣਿਆ ਹੋਇਆ ਸਿਸਟਰ ਜੀ ਪਿਓਰ ਬਨਾਰਸੀ ਜੋੜ ਦੇ ਉੱਪਰ ਜੀ ਸ਼ਰਦਾ ਫੈਬਰਿਕ ਹੋਏਗਾ 3 ਮੀਟਰ ਦਾ ਨਾਲ ਬਾਟਮ ਕ੍ਰੇਪ ਦੀ 3 ਮੀਟਰ ਦੀ ਹੋਏਗੀ ਕੀਆ ਬਾਤ ਹੈ ਆйга ਜੀ ਡਿਜ਼ਾਈਨਰ ਕੀਮ ਖਾ ਦੇ ਅੰਦਰ ਦੁਪੱਟਾ ਇਹ ਹੈਗਾ ਜੀ ਮਸਟਰਡ 골ਡ ਕਲਰ ਬਹੁਤ ਡੀਪ ਕਲਰ ਆ ਮਸਟਰਡ ਕਲਰ ਜੀ ਔਰ ਇਹਦੀ ਮੀਨਾ ਕਾਰੀ ਤੁਸੀਂ 골ਡਨ ਟੱਚ ਦੇਖ ਸਕਦੇ ਹੋ ਬਹੁਤ ਹੀ ਕਲਾਸੀ ਹੈਗੀ ਆ ਇਹ ਹੈਗਾ ਜੀ ਡਿਜ਼ਾਈਨ ਨੰਬਰ 2 ਹੋਏਗਾ 11860 ਜੀ 11000 860 ਦੀ ਰੇਂਜ ਹੋਏਗਾ ਜੀ ਮੇਰਾ ਡਿਜ਼ਾਈਨ ਨੰਬਰ 2 ਔਰ ਸਿਸਟਰ ਨਾਲ ਦੀ ਨਾਲ ਸਕਰੀਨ ਸ਼ਾਟ ਲੈਂਦੇ ਰੋ ਤੁਹਾਡੇ ਪੀਸਰ ਦੀ ਜੀ ਬੁਕਿੰਗ ਹੈਗੀ ਆ ਉਹ ਸਾਰੇ ਸਿੰਗਲ ਸਿੰਗਲ ਆਰਟੀਕਲ ਨੇ ਕਿਸੇ ਵੀ ਆਰਟੀਕਲ ਦੇ ਅੰਦਰ ਕੁਆਂਟੀਟੀ ਨਹੀਂ ਹੋਏਗੀ ਸਿਸਟਰ ਜੀ ਲੋ ਆਇਗਾ ਜੀ ਡਿਜ਼ਾਈਨ ਅੰਪੋਰ 3 ਹੋਏਗਾ ਜੀ 60 ਗ੍ਰਾਮ ਪਿਓਰ ਜੋੜ ਦੇ ਉੱਪਰ ਸਿਲਿਆ ਹੋਇਆ ਆਰਟੀਕਲ ਹੈਗਾ ਬਸ ਸਾਰਾ ਪਾਰਸੀ ਵਰਕ ਚ ਹੋਏਗਾ ਜੀ ਡਿਜ਼ਾਈਨਰ ਰੀਤੂ ਕੁਮਾਰ ਦਾ ਪੀਸ ਹੈਗਾ 버ਡਸ ਬਨੇ ਹੋਏ ਨੇ ਔਰ ਸਾਰਾ ਆਏਗਾ ਜੀ ਪੂਰਾ ਫਰੰਟ ਹੈਵੀ ਆ ਤੁਸੀਂ ਕੋਈ ਵੀ ਕੇਰਾ ਬਣਾ ਸਕਦੇ ਹੋ ਕੋਈ ਵੀ ਸਟੈਂਡਰਡ ਸਾਈਜ਼ ਲੈ ਸਕਦੇ ਹੋ ਜਾਨਕੀ 18 ਤੋਂ ਲੈ ਕੇ 30 32 ਤੱਕ ਕੇਰਾ ਬਣਾ ਸਕਦੇ ਹੋ ਆਏਗਾ ਜੀ ਦੁਪੱਟਾ ਸੇਮ ਫੈਬ੍ਰੀਕ ਦਾ ਪਟਾਓ ਹੈਗਾ ਜੀ ਫੋਰ ਸਾਈਡ ਬਾਰਡਰ ਵੀ ਹੈਗਾ ਵਾ ਅੱਛੀ ਬੂਟੀ ਬਣੀ ਹੋਈ ਆ ਔਰ ਸਭ ਤੋਂ ਵੱਡੀ ਗੱਲ ਆ ਕਿ ਸਾਰੇ ਡਿਜ਼ਾਈਨਰ ਦੇ ਪੀਸਿਸ ਹੈਗੇ ਨੇ ਸਬਿਆ ਸਾਚੀ ਮਨੀਸ਼ ਨੋਤਰ ਰਿਤੂ 베ਰੀ ਹਰ ਡਿਜ਼ਾਈਨਰ ਦੇ ਬ੍ਰਾਂਡ ਹੋਣਗੇ ਔਰ ਸਾਰੇ ਸਿੰਗਲ ਸਿੰਗਲ ਆਰਟੀਕਲ ਹੋਣ ਵਾਲੇ ਨੇ ਕੰਮ ਦੇਖੋ ਜੀ ਇਹਦਾ ਇਹ ਆਏਗਾ ਜੀ 12380 12380 ਦੀ ਰੇਂਜ ਹੋਏਗਾ ਜੀ ਡਿਜ਼ਾਈਨ ਨੰਬਰ 3 ਹੋਏਗਾ ਜੀ ਮੇਰਾ ਆਰਟੀਕਲ ਨੰਬਰ 3 ਇਸ ਤੋਂ ਬਾਅਦ ਜਿਹੜਾ ਦਿਖਾਣ ਜਾ ਰਿਹਾ ਮੈਂ ਉਹ ਆਇਆ ਜੀ ਟਿਸ਼ੂ ਗਲਾਸ ਦੇ ਅੰਦਰ ਹੋਏਗਾ ਜੀ ਸਾਰਾ 골ਡ ਕਲਰ ਦੇ ਉੱਪਰ ਇਹ ਪੀਸ ਬਣਿਆ ਹੋਇਆ ਵਾ ਸਿਰਫ ਨੈਕ ਲਾਈਨ ਹੈਗੀ ਇਹ ਪੀਸ ਦੀ ਕੀ ਪਤਾ ਔਰ ਇਹਦੀ ਖਾਸियत ਕੀ ਆ ਇਹਦੀ ਸ਼ਰਟ ਦੀ ਫਰੰਟ ਵੀ ਸੇਮ ਹੋਏਗੀ ਨੈਕ ਬਣਿਆ ਹੋਇਆ ਵਾ ਬੈਕ ਤੇ ਵੀ ਕੀ ਹੋਲ ਨੈਕ ਆਏਗਾ ਜੀ ਦਾ ਔਰ ਸਾਰਾ 골ਡ ਆਰੀ ਦਾ ਵਾਕ ਹੋਏਗਾ ਪਿੱਟਾ ਵਾਕ ਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਸ਼ਰਟ ਹੈਗੀ ਜੀ ਡਾਰਕ ਗੋਲਡਨ ਕਲਰ ਦੀ ਔਰ ਆ ਆਏਗਾ ਜੀ ਇਹਦੀ ਬਾਟਮ ਦੇ ਵਾਕ ਚਾਹੇ ਤੁਸੀਂ ਕਲੀਆਂ ਵਾਲਾ ਸ਼ਾਰਾ ਬਣਾਓ ਚਾਹੇ ਪਲਾਜ਼ੋ ਬਣਾਓ ਕੁਝ ਵੀ ਰੈਡੀ ਕਰਾ ਸਕਦੇ ਹਾਂ ਉਹ ਤੁਹਾਡੀ ਚੁਆਇਸ ਹੈਗੀ ਆ 골ਡਨ ਦੇ ਨਾਲ ਰੈੱਡ ਕਲਰ ਦਾ ਕੰਬੀਨੇਸ਼ਨ ਹੈਗਾ ਸਿਸਟਰ ਔਰ ਦੁਪੱਟਾ ਵੀ ਆਏਗਾ ਸੀ ਰੈੱਡ ਕਲਰ ਦੇ ਨਾਲ ਸਿਸਟਰ ਜੀ ਪਲੀਜ਼ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰਦੇ ਰਹੋ ਕਿ ਤੁਹਾਡੀ ਵੀਡੀਓ ਹਰ ਪਰਸਨ ਤੱਕ ਪਹੁੰਚ ਸਕੇ ਔਰ ਆਏਗਾ ਸੀ ਦੁਪੱਟਾ ਡਿਜ਼ਾਈਨਰ ਕਲਾਸੀ ਇਹਦਾ ਦੁਪੱਟਾ ਹੋਏਗਾ ਸੀ 골ਡਨ ਨਾਲ ਕੰਬੀਨੇਸ਼ਨ ਦਾ ਇਹ ਆਏਗਾ ਜੀ ਡਿਜ਼ਾਈਨ ਨੰਬਰ 4 ਲੋਜੀ ਅਰ ਥੈਂਕ ਯੂ ਸੋ ਮਾਚ ਸੁਖੀ ਦਿਓਲ ਬੈਨ ਜੀ ਸਸ਼ੀ ਕਾ ਜੀ ਹਸ਼ੀਕਾ ਮਨਜੀਤ ਕੌਰ ਜੀ ਵੈਰੀ ਗੁੱਡ ਈਵਨਿੰਗ ਜੀ 16280 ਦੀ ਰੇਂਜ ਦੇ ਅੰਦਰ ਆਏਗਾ ਜੀ ਆਰਟੀਕਲ ਨੰਬਰ 4 ਔਰ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਕਿਉਂਕਿ ਵੀਡੀਓ ਅੱਜ ਦੀ ਬਹੁਤ ਮਜ਼ੇਦਾਰ ਹੋਣ ਵਾਲੀ ਹੈ ਕਿਉਂਕਿ ਸਾਰੇ ਦੇ ਸਾਰੇ ਪੀਸ ਲੇਟੈਸਟ ਸਟਾਈਲ ਦਿਖਾਣ ਜਾ ਰਿਹਾ ਮੈਂ ਕੋਈ ਵੀ ਆਰਟੀਕਲ ਪੁਰਾਣਾ ਵੀ ਨਹੀਂ ਦੇਖਿਆ ਹੋਏਗਾ ਆਹ ਲੋ ਜੀ ਹੈਗੇ ਜੀ ਸੋਨੋ ਮਨੂ ਸਿੰਘ ਜੀ ਹੈਲੋ ਜੀ ਹੈਲੋ ਆਹ ਲੋ ਜੀ ਆਏਗਾ ਜੀ पूरा थ्रेड वर्क एंड पिटा वर्क ਦਾ ਸਾਰਾ ਬਾਰਡਰ ਹੋਏਗਾ। ਔਰ ਇਸ ਤਰ੍ਹਾਂ ਆਏਗਾ ਜੀ neck line ਤੇ ਸਾਰਾ कसब दा वर्क ਔਰ ਦੁਪੱਟਾ ਸਸਟਰ ਬਹੁਤ ਕਲਾਸੀ ਹੋਣ ਵਾਲਾ ਵਾ। ਹਾਲੋ ਜੀ ਇਸ ਤਰ੍ਹਾਂ ਆਏਗਾ ਜੀ ਦੁਪੱਟਾ स्टोल टाइप ਦੁਪੱਟਾ ਹੋਏਗਾ ਜੀ ਬਹੁਤ ਅੱਛਾ ਵਰਜ਼ਨ ਹੈਗਾ ਏ ਔਰ ਸਾਰਾ थ्रेड वर्क। ਔਰ ਪ੍ਰੋਪਰ ਸਕੈਲਪਿੰਗ ਕੀਤੀ ਹੋਈ ਆ ਪੂਰਾ स्टोल टाइप ਦੁਪੱਟਾ ਬਣਿਆ ਹੋਇਆ ਸਾਰਾ ਮੋਵਿਸ਼ ਪਿੰਕ ਕਲਰ ਹੈਗਾ ਵਾ। ਔਰ ਪਿਓਰ ਬੈਂਗਲੋਰੀਸ ਲਿਖਦੇ ਉੱਪਰ ਬਣਿਆ ਹੋਇਆ ਵਾ ਇਹ ਆਏਗਾ ਜੀ ਮੇਰਾ ਆਰਟੀਕਲ ਨੰਬਰ 5 ਹੋਏਗਾ ਔਰ ਰੇਂਜ ਹੈ ਕਿਹਾ 9890 ਓਨਲੀ ਵਰਸਸ ਜੀ ਸ਼ਿਪਿੰਗ ਸਾਡੀ ਵਰਲਡਵਾਈਡ ਆ ਕਿਤੇ ਵੀ ਬੈਠ ਕੇ ਪੂਰੇ ਵਰਲਡ ਦੇ ਕਿਸੇ ਵੀ ਕੋਨੇ 'ਚ ਬੈਠ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸਕਰੀਨ ਸ਼ਾਟ ਲਓ ਨੰਬਰਾਂ ਤੇ ਵਟਸਐਪ ਕਰੋ ਕਾਲ ਕਰੋ ਔਰ ਆਪਣੇ ਪੀਸਾਂ ਦੀ ਬੁਕਿੰਗ ਕਰਵਾਓ ਜੀ ਔਰ ਇੱਕ ਆਏਗਾ ਜੀ ਅਮਰਾਟ ਗ੍ਰੀਨ ਕਲਰ ਜੀ ਕੀ ਬਾਤ ਹੈ ਪਾਕਿਸਤਾਨੀ ਗ੍ਰੀਨ ਕਲਰ ਆ ਜੀ ਅਲਾ ਔਰ ਔਰ ਗੈਂਜ਼ਾ ਦੇ ਉੱਤੇ ਬਣਿਆ ਹੋਇਆ ਸਿਸਟਰ ਜੀ ਹਾਲੋ ਜੀ ਥੈਂਕ ਯੂ ਸੋ ਮਚ ਸੋਨਮ ਜੀ ਥੈਂਕ ਯੂ ਸੋ ਮਚ ਔਰ ਆ ਦੇ ਸੂਟ ਵੀ ਬਹੁਤ ਪਿਆਰੇ ਨੇ ਸਾਰਾ ਔਰ ਗੈਂਜ਼ਾ ਦੇ ਉੱਤੇ ਬਣਿਆ ਹੋਇਆ ਆਰਟੀਕਲ ਹੈਗਾ ਵਾ ਆ ਸਾਈਡ ਤੇ ਪੂਰੇ ਅੱਛੇ ਸਲੀਵਸ ਹੈਗੇ ਨੇ ਔਰ ਆਏਗਾ ਜੀ ਦੁਪੱਟਾ ਬਿਊਟੀਫੁੱਲ ਬੱਟਾ ਹੋਏਗਾ ਜੀ ਸਾਰਾ ਦੇਖ ਸਕਦੇ ਹੋ ਪਿੱਟਾ ਆਰੀ ਦਾ ਵਾਕ ਹੈਗਾ ਬਾਅਰ ਗੈਂਸਾ ਦੇ ਉੱਪਰ ਬਣਿਆ ਹੋਇਆ ਬਾਅਸ ਬਾਟਮ ਕ੍ਰੇਪ ਦੀ ਹੋਏਗੀ ਲੌਂਗ ਸਟੇਟ ਬਣਾ ਕੇ ਕਲੀਆਂ ਵਾਲਾ ਸ਼ਾਰਾ ਪੈਨ ਪਲਾਜ਼ੋ ਸਿਸਟਰ ਜੀ ਕੁਝ ਵੀ ਰੈਡੀ ਕਰਾ ਸਕਦੇ ਹੋ ਸਾਰਾ ਪਿੱਟਾ ਆਰੀ ਦਾ ਵਾਕ ਇਹ ਆਏਗਾ ਜੀ ਅਮਰਾਟ ਗ੍ਰੀਨ ਕਲਰ ਹੋਏਗਾ ਜੀ ਡਿਜ਼ਾਈਨ ਨੰਬਰ 6 ਹੋਏਗਾ 12370 ਜੀ 12370 ਦੀ ਰੇਂਜ ਦੇ ਅੰਦਰ ਹੋਏਗਾ ਜੀ ਆਰਟੀਕਲ ਨੰਬਰ 6 ਇਸੇ ਤਰ੍ਹਾਂ ਵੀ ਦੇ ਵੀ ਆਰਟੀਕਲ ਨੰਬਰ 1 ਹੋਣ ਵਾਲੇ ਨੇ ਜਿਵੇਂ ਤੁਹਾਨੂੰ ਸਾਨੂੰ ਪਤਾ ਵਾ ਕਰਵਾ ਚੋ ਦਾ ਪਵਿੱਤਰ ਤਿਹਾਰ 13 ਅਕਤੂਬਰ ਦਾ ਵਾ ਉਸ ਤੋਂ ਬਾਅਦ ਦੀਵਾਲੀ ਵੀ ਆ ਦਸ਼ਹਿਰਾ ਵੀ ਆ ਇੱਕ ਆਰਟੀਕਲ ਦੇਖੋ ਮਸਟਰਡ ਦੇ ਉੱਪਰ ਬਣਿਆ ਹੋਇਆ ਸਿੱਲਕਦਾ ਸਿਰਫ ਸਿਸਟਰ ਜੀ ਪਲੇਨ ਸੂਟ ਆ ਔਰ ਦੁਪੱਟਾ ਆਏਗਾ ਜੀ ਪਿਓਰ ਜੈਪੂਰੀ ਬਨਾਰਸੀ ਵਾਓ ਲੁੱਕ ਦੇ ਕੋਸੇ ਸਟਾਲੀ ਤੁਸੀਂ ਕੋ ਬੈਡਿੰਗ ਦੀ ਸ਼ਾਪਿੰਗ ਕਰ ਰਹੇ ਹੋ ਘਰ ਚ ਫੈਮਿਲੀ ਫੰਕਸ਼ਨ ਆ ਥਿਸ ਇਜ਼ ਦਾ ਬਿਊਟੀਫੁਲ ਆਰਟੀਕਲ ਤੁਸੀਂ ਲੌਂਗ ਸਟੇਟ ਬਣਾ ਕੇ ਨਾਲ ਤੁਸੀਂ ਚੈਸਟ ਸਲਵਾਰ ਬਣਾ ਸਕਦੇ ਹੋ ਪਟਿਆਲਾ ਚਾਹੇ ਤੁਸੀਂ ਸ਼ਾਰਾ ਬਣਾ ਸਕਦੇ ਹੋ ਚਾਹੇ ਟਰੌਜ਼ਰ ਬਣਾ ਸਕਦੇ ਹੋ ਸਿਰਫ ਦੁਪੱਟੇ ਦੇ ਵਰਕ ਆਏਗਾ ਜੀ ਓਨਲੀ ਫੋਰ ਦੁਪੱਟਾ ਹੋਏਗਾ ਜੀ ਪਿਓਰ ਬਨਾਰਸੀ ਇਹ ਹੈਗਾ ਜੀ ਡਿਜ਼ਾਈਨ ਨੰਬਰ 7 ਹੋਏਗਾ ਸਸਤਾ ਜੀ 12950 ਜੀ 12920 50 ਰੁਪੀਸ ਓਨਲੀ ਫੋਰ ਜੀ ਇਸੇ ਤਰ੍ਹਾਂ ਸਾਰੇ ਆਰਟੀਕਲ ਬਹੁਤ ਪਿਆਰੇ ਨੇ ਕਿਉਂਕਿ ਸਾਰੇ ਹੀ ਸਾਰੇ ਪਿਓਰ ਦੇ ਉੱਪਰ ਸਿਲੇ ਹੋਏ ਨੇ ਸਾਰੇ ਹੈਂਡਵਰਕ ਨੇ ਪਿਓਰ ਬਨਾਰਸੀ ਨੇ ਇੱਕ ਇੱਕ ਟਾਂਕੇ ਦਾ ਵਰਕ ਤੁਸੀਂ ਦੇਖ ਸਕਦੇ ਹੋ ਵਾਓ ਆ ਦੇਖੋ ਜੀ ਬਲੈਕ ਐਂਡ ਵਾਈਟ ਐਸੇ ਕਲਰ ਹੁੰਦੇ ਨੇ ਕਿ ਹਰ ਗਰਲਸ ਔਰ ਲੇਡੀਜ਼ ਦੀ ਇੱਕ ਰਿਕੁਆਇਰਮੈਂਟ ਰਹੇ ਨੇ ਆ ਹੈਗਾ ਜੀ ਸਾਰਾ ਬਲੈਕ ਦੇ ਉੱਪਰ ਦਬਕੇ ਦਾ ਤੇ ਕੁਟਕੀ ਦਾ ਵਰਕ ਆ ਔਰ ਸਾਰੇ ਥ੍ਰੈਡ ਹੋ ਗਿਆ ਪਿੰਕ ਕਲਰ ਦੇ ਪਿੰਕ ਕਲਰ ਦੇ ਫਲਾਵਰਸ ਟੱਚਿੰਗ ਦਿੱਤੀ ਹੋਈ ਹੈ ਦੇਖੋ ਕੰਮ ਦੇਖੋ ਆਦੋਖੇ ਜੀ ਸਾਰਾ ਲੋਰਡਿੰਗ ਦੇ ਕੇ ਵਾਕ ਕੀਤਾ ਗਿਆ ਬਾ ਸਾਈਡ ਤੇ ਬਾਜ਼ੂ ਬਨੇ ਹੋਏ ਨੇ ਔਰ ਆਏਗਾ ਜੀ ਦੁਪੱਟਾ ਕੀ ਬਾਤ ਹੈ ਜੀ ਸਾਰਾ ਕ੍ਰੇਪ ਦੇ ਉੱਪਰ ਬਣਿਆ ਹੋਇਆ ਸੂਟ ਹੈਗਾ ਬਾ ਦੁਪੱਟਾ ਔਰ ਗੈਂਜ਼ਾ ਦਾ ਹੋਏਗਾ ਪ੍ਰੋਪਰਲੀ ਡਿਜ਼ਾਈਨਰ ਸੂਟ ਆ 45 46 ਲੈਂਥ 3D ਹੋਏਗੀ ਚਾਹੇ ਸਲਵਾਰ ਬਣਾਓ ਚਾਹੇ ਪਲਾਜ਼ੋ ਪੈਂਟ ਸ਼ਾਰਾ ਕੁਝ ਵੀ ਰੈਡੀ ਕਰਾ ਸਕਦੇ ਹਾਂ ਬਲੈਕ ਦੇ ਉੱਪਰ ਪਿੰਕ ਕਲਰ ਦਾ ਕੰਬੀਨੇਸ਼ਨ ਜੀ 16710 ਜੀ ਸਟਾਈਲ ਨੰਬਰ 78 ਔਰ 16710 ਦੀ ਰੇਂਜ ਦੇ ਅੰਦਰ ਔਰ ਜਿਹੜਾ ਤੁਹਾਨੂੰ ਮਾਸਟਰ ਦਿਖਾਇਆ ਸੀ ਆਰਟੀਕਲ ਨੰਬਰ 8 ਉਹਦੇ ਵਿੱਚ ਸੈਕਿੰਡ ਕਲਰ ਦਿਖਾ ਰਹੇ ਆ ਯਾਨੀ ਕਿ ਸੂਟ ਤਾਂ ਪਲੇਨ ਹੀ ਹੈ ਸਿਸਟਰ ਜੀ ਇਹ ਹੈਗਾ ਚਿਆਰੀ ਮੈਰੂਨ ਕਲਰ ਰੈਡਿਸ਼ ਮੈਰੂਨ ਕਲਰ ਔਰ ਦੁਪੱਟੇ ਦਾ ਸਟਾਈਲ ਕਿਉਂਕਿ ਇਹਨਾਂ ਦੀ ਖਾਸਸਤ ਕੀ ਹੁੰਦੀ ਆ ਕਿ ਜਿੰਨੇ ਵੀ ਦੁਪੱਟੇ ਆਣਗੇ ਪਿਓਰ ਵੂਵਨ ਦੇ ਕੀਮ ਖਾ ਦੇ ਬ੍ਰੋਕੇਟ ਦੇ ਸਾਰੇ ਅਲੱਗ ਹੋਣਗੇ ਵਾਓ ਸਸਤੇ ਜੀ ਇਸ ਦਾ ਦੇ ਆਰਟੀਕਲ ਬਣਾਓ ਕਿ ਤੁਸੀਂ ਜਦੋਂ ਮਰਜ਼ੀ ਵੇਅਰ ਕਰੋ ਕਿ ਇਹ ਐਸ ਆਈ ਪਿਓਰ 골ਡ ਆ ਕਿ ਤੁਸੀਂ ਅੱਜ ਪਰਚੇਸ ਕਰ ਲੋ ਚਾਹੇ 10 ਸਾਲ ਬਾਅਦ ਵੇਅਰ ਕਰੋ ਕਦੀ ਵੀ ਆਊਟ ਆਫ ਫੈਸ਼ਨ ਨਹੀਂ ਹੋਏਗਾ ਸਾਢੇ 5 ਮੀਟਰ ਦਾ ਸੂਟ ਅੱਛਾ ਲੱਗਦਾ ਔਰ ਇਹ ਦਾ ਡਿਜ਼ਾਈਨ ਨੰਬਰ 912950 ਅੱਛਾ ਜੀ ਚੈਰੀ ਰੈੱਡ ਕਲਰ ਆਏਗਾ ਜੀ ਦੁਪੱਟਾ ਪਿਓਰ ਵੂਵਨ ਦੇ ਅੰਦਰ ਔਰ ਨੈਕਸਟ ਆਰਟੀਕਲ ਦਿਖਾਉਣ ਜਾ ਰਹੇ ਹਾਂ ਜਿਹੜਾ ਮਜ਼ੈਂਟਾ ਬਲੈਕ ਦਿਖਾਇਆ ਸੀਗਾ ਉਹਦਾ ਸੈਕਿੰਡ ਵਰਜ਼ਨ ਦਿਖਾਉਣ ਜਾ ਰਹੇ ਹਾਂ ਸਸਤੇ ਜੀ ਕੋਰਲ ਪਿੰਕ ਕਲਰ ਦੇ ਅੰਦਰ ਹੌਟ ਪਿੰਕ ਕਲਰ ਮਤਲਬ ਕਿ ਮਜ਼ੈਂਟਾ ਕਲਰ ਦੇ ਅੰਦਰ ਦਿਖਾਉਣ ਜਾ ਰਿਹਾ ਮੈਂ ਪੂਰਾ ਪੈਨਲ ਬਣਿਆ ਹੋਇਆ ਵਾ ਪੂਰਾ ਦਬਕੇ ਐਨ ਕਟਕੀ ਦਾ ਵਰਕ ਆ ਉਹਦੇ ਚ ਥਰੇਡ ਜਿਆਦਾ ਸੀਗੇ ਇਹਦੇ ਚ ਥਰੇਡ ਨਹੀਂ ਹੈਗਾ ਇਹ ਸਿਰਫ ਦਬਕੇ ਦਾ ਵਰਕ ਕੀਤਾ ਹੋਇਆ ਕੰਮ ਦੇਖੋ ਜੀ ਇਹਦਾ ਆ ਲੋ ਜੀ ਪੂਰਾ ਪੈਨਲ ਸਟਾਈਲ ਆ ਦੁਪੱਟਾ ਦੇਖੋ ਫੋਰ ਸਾਈਡ ਬਾਰਡਰ ਵੀ ਹੈਗਾ ਵਾ ਅੱਛੀ ਬੂਟੀ ਵੀ ਹੈਗੀ ਆ ਕੰਮ ਦੇਖੋ ਜੀ ਇਹਦਾ ਬਹੁਤ ਹੀ ਬਿਊਟੀਫੁਲ ਵਰਕ ਹੈਗਾ ਵਾ ਕਰੇਪ ਦਾ ਸੂਟ ਹੋਏਗਾ 5.5 ਮੀਟਰ ਦਾ ਔਰ ਦੁਪੱਟਾ ਹੋਏਗਾ ਜੀ ਪਿਓਰ ਔਰ ਗੈਂਜ਼ਾ ਦਾ ਆਰਟੀਕਲ ਨੰਬਰ 10 ਹੋਏਗਾ ਸੱਚਾ ਜੀ ਆਜ ਦੀ ਵੀਡੀਓ ਦਾ 16710 ਦੀ 16710 ਦੀ ਰੇਂਜ ਦੇ ਅੰਦਰ ਹੋਏਗਾ ਜੀ ਮੇਰਾ ਡਿਜ਼ਾਈਨ ਨੰਬਰ 10 ਇਸ ਤੋਂ ਬਤਾਏਗਾ ਜੀ ਪਿਓਰ ਖੀਮ ਖਾ ਦਾ ਅੰਦਰ ਸੂਟ ਬਣਿਆ ਹੋਇਆ ਪਿਓਰ ਬੈਂਗਲੋਰੀ ਸਿਲਕ ਹੈਗੀ ਆ ਦੁਪੱਟਾ ਆਏਗਾ ਜੀ ਪਿਓਰ ਖੀਮ ਖਾ ਦਾ ਸਭ ਤੋਂ ਕੋਸਟਲੀ ਔਰ ਸੁੱਚੀ ਜਰੀ ਦਾ ਸੂਟ ਹੈਗਾ ਵਾ ਆ ਦੇਖੋ ਜੀ ਦਾ ਦੁਪੱਟਾ ਦੇਖੋ ਔਰ ਸਤਲਾ ਸੂਟ ਦੇਖੋ स्कैल्पिंग की हुई है सारा गोटा पत्ती पॉल का काम है पूरा फ्रंट डिजाइनर है वा साइड से बासू बड़े प्यारे ने और सारा जीरो नंबर का पोह वॉक किता होगा और आएगा जी दुपट्टा क्या बात है जी ब्यूटीफुल आओ लो सिस्टर जी डिजाइनर एलिगेंट और सुपर डुपर आर्टिकल जी वाओ है जी मिंट ग्रीन कलर होएगा जी सारा करेब की बॉटम के नाल होएगा और 38730 ਰੁਪੀਸ ਓਨਲੀ ਫੋਰ ਥੋੜਾ ਜਿਹਾ ਜੀ ਆਵਾਜ਼ 'ਚ ਗੜਬੜੀ ਹੈਗੀ ਆ ਥੋੜਾ ਜਿਹਾ ਤੁਹਾਨੂੰ ਪਤਾ ਮੌਸਮ ਚੇਂਜ ਹੋਣ ਦੇ ਕਾਰਨ ਥੋੜਾ ਜਿਹਾ ਆਵਾਜ਼ ਭਾਰੀ ਹੋਈ ਹੋਈ ਆ ਪਰ ਤੁਸੀਂ ਕੋਆਪਰੇਟ ਕਰਿਓ ਔਰ ਇਹ ਆਏਗਾ ਜੀ ਬੋਟਲ ਗ੍ਰੀਨ ਕਲਰ ਜੀ ਪਿਓਰ ਜਪਾਨੀਸ ਨੈਟ ਦੇ ਉੱਪਰ ਬਣਿਆ ਹੋਇਆ ਸਾਰਾ ਇੰਪੋਰਟ ਵਰਕ ਹੈਗਾ ਵਾ ਸਾਰੀ ਸੀਕਵੈਂਸ ਹੈਗੀ ਆ ਪੂਰਾ ਸ਼ੀਟਿੰਗ ਵਰਕ ਕੀਤਾ ਹੈ ਫਰੰਟ ਔਰ ਵਿਦ ਲਾਈਨਿੰਗ ਨਾਲ ਹੈ ਦੇਸ ਯਾਨੀ ਕਿ ਕريب ਦਾ ਪੂਰਾ ਇਨਰ ਨਾਲ ਹੋਏਗਾ 5.5 ਮੀਟਰ ਦਾ ਔਰ ਆਏਗਾ ਜੀ ਦੁਪੱਟਾ ਡਿਜ਼ਾਈਨਰ ਜੀ ਆਹੋ ਜੀ ਇਹ ਆਏਗਾ ਜੀ ਦੁਪੱਟਾ ਡਿਜ਼ਾਈਨਰ ਹੋਏਗਾ ਔਰ ਇਹ ਆਏਗਾ ਜੀ ਮੇਰਾ ਆਰਟੀਕਲ ਨੰਬਰ ਸਿਸਟਰ ਜੀ 12 ਔਰ ਰੇਂਜ ਹੋਏਗੀ 17050 ਜੀ 17000 ਐਂਡ 50 ਰੁਪੀਸ ਓਨਲੀ ਫੋਰ ਜੀ ਪਿਓਰ ਜਪਨੀਸ ਨੈਟ ਦੇ ਉੱਪਰ ਆਏਗਾ ਜੀ ਬੋਟਲ ਗ੍ਰੀਨ ਕਲਰ ਜੀ ਇਸ ਤੋਂ ਬਾਅਦ ਆ ਰਿਹਾ ਜੀ ਪਿਓਰ ਖੀਮ ਖਾਸ ਸੇ ਲਈ ਦੇ ਅੰਦਰ ਦਿਖਾਣ ਜਾ ਰਿਹਾ ਹਾਂ ਸਾਰਾ ਮਸਟਰਡ ਦੇ ਨਾਲ ਆਏਗਾ ਜੀ ਮੋਬਿਸ਼ ਪਿੰਕ ਮੋਬ ਕਲਰ ਦਾ ਬਹੁਤ ਪਿਆਰਾ ਦੇਖੋ ਜੀ ਸਾਰਾ ਇਹ ਸਿਸਟਰ ਜੀ ਹੁੰਦੀ ਆ ਤਾਨਾ ਬਾਨਾ ਸੇ ਲੱਗ ਤੁਸੀਂ ਕੁਛ ਚਾਹਨੇ ਹੋ ਰੋਇਲਟੀ ਅੰਦਰ ਗਾਵਾਡੀ ਦੇ ਅੰਦਰ ਔਰ ਕੁਛ ਡਿਫਰੈਂਟ ਆਰਟੀਕਲ ਚਾਹਨੇ ਹੋ ਥਿਸ ਇਜ਼ ਅ ਬਿਊਟੀਫੁਲ ਆਰਟੀਕਲ ਆ ਆਲੋ ਜੀ ਇਹਦਾ ਦੁਪੱਟਾ ਬਹੁਤ ਕਲਾਸੀ ਆ ਜੀ ਦੁਪੱਟਾ ਵੀ ਆਏਗਾ ਜੀ ਸਿਲਕ ਦਾ ਇਹਦਾ ਔਰ ਪਿਓਰ ਖੱਡੀ ਦੇ ਅੰਦਰ ਹੋਏਗਾ ਜੀ ਵਨ ਸਾਈਡ ਇਸ ਤਰ੍ਹਾਂ ਮੋਟਿਵ ਬਨੇ ਹੋਏ ਨੇ ਤੇ ਵਨ ਸਾਈਡ ਬਾਰਡਰ ਹੋਏਗਾ ਆ ਦੇਖੋ ਜੀ ਮਸਟਰਡ ਕਲਰ ਦੀ ਫਿਨਿਸ਼ਿੰਗ ਹੈਗੀ ਅਸੀਂ ਸਾਰਾ 골ਡਨ ਟੱਚ ਹੈਗਾ ਵਾ ਹਲੋ ਬਹੁਤ ਬਿਊਟੀਫੁਲ ਹੋਏਗਾ ਜੀ ਮਸਟਰਡ ਦੇ ਨਾਲ ਕੰਟਰਾਸਟ ਕਰੇਬ ਦੀ ਬਾਟਮ ਹੋਏਗੀ ਨਾਲ ਜੀ ਇਹ ਆ ਗਿਆ ਜੀ ਡਿਜ਼ਾਈਨ ਨੰਬਰ 13 25300 ਦੀ ਰੇਂਜ ਹੋਏਗਾ ਜੀ ਆਰਟੀਕਲ ਨੰਬਰ ਮੇਰਾ 13 ਜੀ ਮਸਟਰਡ ਦੇ ਨਾਲ ਮੋਵ ਕਲਰ ਦਾ ਕੰਬੀਨੇਸ਼ਨ ਇਹਦਾ ਸੈਕੰਡ ਵਰਜ਼ਨ ਆਏਗਾ ਜੀ ਔਰ ਉਹ ਆਏਗਾ ਜੀ ਸਾਰਾ ਪੌਪਲ ਵਾਈਨ ਦੇ ਨਾਲ ਆਏਗਾ ਜੀ ਔਰੇਂਜ ਕੋਰਲ ਕਲਰ ਦਾ ਕੰਬੀਨੇਸ਼ਨ ਜੀ ਆਹ ਲੋ ਜੀ ਪਿਓਰ ਗਾਵਾਡਨ ਸਿਲਕਾ ਸਿਸਟਰ ਜੀ ਸਾਰੀ ਸੁੱਚੀ ਜਾਰੀ ਹੋਏਗੀ ਔਰ ਦੁਪੱਟੇ ਦੀ ਲੁੱਕ ਦਿਖਾਣਾ ਤੁਹਾਨੂੰ ਮੈਂ ਸਾਰਾ ਆਲ ਓਵਰ ਸਿਲਕ ਚ ਬਣਿਆ ਹੋਇਆ ਵਾ ਸਿਸਟਰ ਜੀ ਆਹ ਲੋ ਜੀ ਪਿਓਰ ਉਹ ਵਨ ਬਹੁਤ ਹੀ ਪਿਆਰਾ اور ਡਿਫਰੈਂਟ ਕੰਬੀਨੇਸ਼ਨ ਹੈਗਾ ਵਾ ਸਾਰਾ ਇਹ ਆਇਗਾ ਜੀ ਪਪਲ ਦੇ ਨਾਲ ਕੋਰਲ orange ਕਲਰ ਦਾ ਕੰਬੀਨੇਸ਼ਨ ਕੰਮ ਦੇਖੋ ਜੀ ਦੋ ਕੀ ਬਾਤ ਹੈ ਜੀ ਬਹੁਤ ਹੀ ਅਮੇਜ਼ਿੰਗ ਕਲਰ ਮੈਚਿੰਗ ਆ ਡਿਫਰੈਂਟ ਕੰਬੀਨੇਸ਼ਨ ਹੈਗਾ ਵਾ ਔਰ ਆਇਗਾ ਜੀ ਪਿਓਰ ਸਿਲਕ ਦੇ ਉੱਪਰ ਅਗਰ ਵਿਡਿੰਗ ਦੀ ਸ਼ੋਪਿੰਗ ਕਰ ਰਹੇ ਹੋ ਕਾਚ ਫੈਮਿਲੀ ਫੰਕਸ਼ਨ ਆ ਥਿਸ ਇਜ਼ ਅ ਬਿਊਟੀਫੁਲ ਆਰਟੀਕਲ ਬਹੁਤ ਪਿਆਰੀ ਆਰਟੀਕਲ ਨੇ ਔਰ ਇੰਨੀ ਅੱਛੀ ਰੌਇਲ ਲੱਗਦੇ ਨੇ ਪ੍ਰੋਪਰ ਰਿਚ ਲੁੱਕ ਆਉਂਦੀ ਇਹਨਾਂ ਦੀ ਪ੍ਰੋਪਰ ਵੇਅਰ ਕੀਤੀ ਹੋਈ 14 ਨੰਬਰ ਆਰਟੀਕਲ ਆ ਜੀ 20930 ਦੀ ਰੇਂਜ ਦੇ ਅੰਦਰ ਆਏਗਾ ਜੀ ਬਹੁਤ ਹੀ ਬਿਊਟੀਫੁੱਲ ਆਰਟੀਕਲ ਇਸ ਤੋਂ ਬਾਅਦ ਨੈਕਸਟ ਆਰਟੀਕਲ ਦਿਖਾਉਣ ਜਾ ਰਹੇ ਹਾਂ ਸਿਸਟਰ ਜੀ ਤੁਹਾਨੂੰ ਉਹ ਆਏਗਾ ਜੀ ਸਤਿਆਪਾਲ ਬ੍ਰਾਂਡ ਦਾ ਜੀ ਸਾਰਾ ਦੇਖ ਸਕਦੇ ਹੋ ਰਾਮਾ ਗ੍ਰੀਨ ਕਲਰ ਦਾ ਪੀਸ ਹੈਗਾ ਪੀਕੋ ਕਲਰ ਦੇ ਟੋਨ ਚ ਉਹਦੇ ਪਰ ਸਾਰਾ ਸੀਕਵੈਂਸ ਦਾ ਵਾਕ ਆ ਸਾਰੀ ਸਕੈਲਪਿੰਗ ਕੀਤੀ ہوئی ਹੈ ਸਾਈਡ ਤੇ ਬਾਜ਼ੂ ਹੋਣਗੇ ਕੀ ਆਪਾ ਔਰ ਆਏਗਾ ਜੀ ਦੁਪੱਟਾ ਸਤਿਆਪਾਲ ਡਿਜ਼ਾਈਨਰ ਜੀ ਸਾਰਾ ਪਿਓਰ ਸ਼ਮੂਆਈ ਔਰ ਚਿਨੋਆਂ ਦਾ ਫੈਬਰਿਕ ਹੋਏਗਾ ਜੀ ਸਾਰਾ ਪ੍ਰੋਪਰਲੀ ਸਟ੍ਰਾਈਪਸ ਬਨੇ ਹੋਏ ਨੇ ਔਰ ਦੇਖੋ ਫੂਟ ਸਾਈਡ ਬਾਰਡਰ ਯਾਨੀ ਕਿ 컬러ਫੁਲ ਲਾਜੀ ਤੁਹਾਡੀ ਵੈਰਾਈਟੀ ਚੇਂਜ ਬਨੇਗੀ ਇਸੇ ਕਰਕੇ ਅਸੀਂ 20 ਦੇ 20 ਆਰਟੀਕਲ ਤੁਹਾਨੂੰ ਕੁਝ ਡਿਫਰੈਂਟ ਦਿਖਾਣੇ ਆ ਕਰੇਪ ਦਾ ਸੂਟ ਹੈਗਾ ਬਾਅਦ ਦੁਪੱਟਾ ਪਿਓਰ ਚਿਨੋਆਂ ਦਾ 20130 ਦੀ ਰੇਂਜ ਦੇ ਅੰਦਰ ਆਏਗਾ ਜੀ ਡਿਜ਼ਾਈਨ ਨੰਬਰ 15 ਜੀ ਔਰ ਇੱਕ ਇੱਕ ਆਰਟੀਕਲ ਦੀ ਜੋ ਤੁਹਾਨੂੰ ਦਿਖਾਣੇ ਆ ਸਭ ਤੋਂ ਕਲਾਸਿਕ ਹੁੰਦੇ ਨੇ ਪ੍ਰੋਪਰ ਜਿਹੜੀ ਆਪਣੀ ਸ਼ਾਪ ਦੇ ਅੰਦਰ ਸਭ ਤੋਂ ਕਰੀਮੀਸ਼ ਪੀਸ ਹੁੰਦੇ ਨੇ ਜਿਹਨੂੰ ਬਗਨੇ ਰਾਇਲ ਟੱਚ ਕਹਿੰਦੇ ਆ ਰਿਚ ਲੁੱਕ ਕਹਿੰਦੇ ਆ ਉਹ ਅਸੀਂ ਤੁਹਾਨੂੰ ਵੀਡੀਓ ਅੰਦਰ ਪ੍ਰੋਵਾਈਡ ਕਰਵਾਣੇ ਆ ਕਿ ਤੁਸੀਂ ਪੂਰੇ ਪਰਿਵਾਰ ਦੇ ਨਾਲ ਬੈਠ ਕੇ ਅਗਰ ਤੁਸੀਂ ਇੰਡੀਆ ਨਹੀਂ ਆ ਪਾਰੇ ਜਾਂ ਪੰਜਾਬ ਚ ਲਗੇ ਲੁਧਿਆਣਾ ਨਹੀਂ ਆ ਪਾਰੇ ਤਾਂ ਤੁਸੀਂ ਘਰੇ ਬੈਠ ਕੇ ਜੋ ਵੀ ਡਿਜ਼ਾਈਨਿੰਗ ਤੁਸੀਂ ਦੇਖਣੀ ਆ ਅਲੱਗ ਆਰਟੀਕਲ ਹੋਣਗੇ ਦੇਖੋ ਪਿਓਰ ਸਿਲਕ ਜੀ ਪਿਓਰ ਚਮੰਡੀ ਸਿਲਕ ਥੈਂਕ ਯੂ so much ਜਗੇ ਵੀਰ ਜੀ ਥੈਂਕ ਯੂ so much ਬਨੀਤ万जीत ਕੋ ਸਿੰਕਟੀਲੋਜੀ ਥੈਂਕ ਯੂ so much ਤੁਹਾਡੇ ਬਹੁਤ ਅੱਛੇ ਅੱਛੇ ਕਮੈਂਟ ਦੇਣ ਵਾਸਤੇ ਬਟ ਮੇਰਾ ਅੱਜ ਗੱਲਾ ਖਰਾਬ ਆ ਤੇ ਸ਼ਾਇਦ ਤੁਹਾਨੂੰ ਮੈਂ ਉਮੀਦ ਕਰਦਾ ਕਿ ਸਾਰਿਆਂ ਨੂੰ ਮੇਰੀ ਆਵਾਜ਼ ਸਮਝ ਆਂਦੀ ਹੋਏਗੀ ਆ ਲੋ ਜੀ ਆਏਗਾ ਜੀ ਬਲੈਕ ਕਲਰ ਜੀ ਸਾਰਾ ਨੀਮ ਜਰੀ ਦਾ ਬਾਰਡਰ ਹੈਗਾ 골ਡ ਕਲਰ ਦਾ ਹੋਰ ਆਏਗਾ ਜੀ 15470 ਦੀ ਰੇਂਜ 15000 470 ਰੁਪੀਸ ਓਨਲੀ ਫॉर ਬਲੈਕ ਦੇ ਉੱਪਰ ਪ੍ਰੋਪਰ 골ਡ ਕਲਰ ਦਾ ਕੰਬੀਨੇਸ਼ਨ ਜੀ ਹਲੋ ਜੀ ਇੱਕ ਆਏਗਾ ਜੀ ਪਰਪਲ ਜਾਮਨੀ ਕਲਰ ਜੀ ਪਰਪਲ ਜਾਮਨੀ ਕਲਰ ਹੋਏਗਾ ਜੀ ਪੂਰਾ ਜ਼ਰਕੌਨ ਦੇ ਅੰਦਰ ਹੋਏਗਾ ਪੂਰਾ ਫਰੰਟ ਹੋਏਗਾ ਜੀ ਡਿਜ਼ਾਈਨ ਸਭਿਆ ਸਾਚੀ ਦਾ ਇਹ ਬ੍ਰਾਂਡ ਆ ਵਰਲਡ ਫੇਮਸ ਡਿਜ਼ਾਈਨਰ ਨੇ ਬ੍ਰਾਂਡ ਦੇ ਸੂਟਸ ਜਿੰਨੇ ਵੀ ਤੁਹਾਨੂੰ ਮੈਂ ਆਰਟੀਕਲ ਦਿਖਾਏ ਨੇ 20 ਦੇ 20 ਆਰਟੀਕਲ ਇੱਕ ਇੱਕ ਆਰਟੀਕਲ ਹਰ ਇੱਕ ਡਿਜ਼ਾਈਨਰ ਦਾ ਬਣਿਆ ਹੋਇਆ ਵਾ ਆਹ ਲਓ ਜੀ ਆਹ ਲਓ ਦੁਪੱਟਾ ਚੀਨਨ ਸ਼ਿਫੋਨ ਦਾ ਹੋਏਗਾ ਪਿਓਰ ਸ਼ਮੋਈ ਦੇ ਉੱਪਰ ਇਹ ਪੀਸ ਬਣਿਆ ਹੋਇਆ ਸਿਸਟਰ ਜੀ ਡਿਜ਼ਾਈਨਰ ਲੁੱਕ ਹੋਏਗੀ ਔਰ ਆਰਟੀਕਲ ਤੁਸੀਂ ਦੇਖ ਸਕਦੇ ਹੋ ਸਾਰਾ ਵਰਕਮੈਨਸ਼ਿਪ ਅਲਟੀਮੇਟ ਲੁੱਕ ਹੋਏਗਾ ਜੀ ਦਾ ਔਰ ਤੁਸੀਂ ਸ਼ਾਰਾ ਚਾਹਨੇ ਹੋ ਪਲਾਜ਼ੋ ਚਾਹਨੇ ਹੋ ਕੋਈ ਵੀ ਆਰਟੀਕਲਸ ਤੁਸੀਂ ਰੈਡੀ ਕਰਵਾ ਸਕਦੇ ਹੋ ਸਟਿਚਿੰਗ ਵਾਸਤੇ ਵੀ ਹਰ ਇੱਕ ਡਿਜ਼ਾਈਨਰ ਬੁਟੀਕ ਦਾ ਅੱਛੇ ਕਾਰੀਗਰ ਦਾ ਪੂਰਾ ਅਰੇਂਜਮੈਂਟ ਹੈਗਾ ਬਟ ਟਾਈਮ ਥੋੜਾ ਕੋ ਹੋਣਾ ਚਾਹੀਦਾ ਵਾ ਟਾਈਮ ਦੀ ਬਹੁਤ ਸ਼ੋਅਲ ਚੱਲ ਰਹੀ ਆ ਕਿ ਤੁਹਾਨੂੰ ਪਤਾ ਇੱਕਰਵਾ ਜੋਤ ਦਾ ਵੀਕ ਹੈਗਾ ਵਾ ਕਿ ਵੱਧ ਤੋਂ ਵੱਧ ਬੁਕਿੰਗ ਹੋਏਗੀ ਅਰਜੈਂਟ ਬਟ ਤੁਸੀਂ ਪਲੀਜ਼ ਟਿੱਕਾ ਪਰੇ ਕਰਦੇ ਵਿੱਚ ਕਰਦੇ ਡੱਡਾ ਗੱਲ ਤਾਂ ਆ ਹੋਰ ਨੈਕਸਟ ਆਰਟੀਕਲ ਦਿਖਾਉਣ ਜਾ ਰਿਹਾ ਤੁਹਾਨੂੰ ਮਜ਼ੈਂਟਾ ਕਲਰ ਦਾ ਪੀਸ ਆ ਜੀ ਪਿਓਰ ਟਿਸ਼ੂ ਗਲਾਸ ਉੱਪਰ ਕਿਉਂਕਿ ਟਿਸ਼ੂ ਗਲਾਸ ਐਸਾ ਫੈਬਰਿਕ ਆ ਕਿ ਬਹੁਤ ਰਾਇਲਟੀ ਲੱਗਦੀ ਆ ਇੱਥੇ ਬਹੁਤ ਪਿਆਰੇ ਪਿਆਰੇ ਲਹਿੰਗੇ ਆ ਰਹੇ ਨੇ ਪੂਰੇ ਅੱچھے ਬ੍ਰਾਂਡ ਦੇ ਲਹਿੰਗੇ ਲਾਂਚ ਹੋ ਰਹੇ ਨੇ ਪਰ ਇਹ ਫਰਸਟ ਆਰਟੀਕਲ ਆ ਜਿਹੜਾ ਤੁਹਾਨੂੰ ਸੂਟ ਚ ਰੈਡੀ ਕੀਤਾ ਵਾ ਕਰੇਪ ਦੀ ਬਾਟਮ ਹੈਗੀ ਆ ਆਏਗਾ ਸਾਈਡ ਤੇ ਬਾਜ਼ੂ ਬੜੇ ਪਿਆਰੇ ਨੇ ਔਰ ਕਰੇਪ ਦੀ ਬਾਟਮ ਆ ਕੰਮ ਦੇਖੋ ਸੱਚੀ ਦਾ ਪ੍ਰੋਪਰ ਰਾਣੀ ਮਜ਼ੈਂਟਾ ਕਲਰ ਹੋਏਗਾ ਔਰ ਸੇਮ ਦੁਪੱਟਾ ਹੋਏਗਾ ਜੀ ਟਿਸ਼ੂ ਗਲਾਸ ਦਾ ਆ ਦੇਖੋ ਜੀ ਪੂਰੇ ਕੋਰਨਰ ਬਨੇ ਹੋਏ ਨੇ ਨੈਕਸਟ ਸੈਟਿੰਗ ਹੈ ਕੀ ਆ ਸਾਈਡ ਤੇ ਬਾਜ਼ੂ ਬੜੇ ਕਲਾਸੀ ਹੈਗੇ ਨੇ ਦੁਪੱਟਾ ਬਹੁਤ ਪਿਆਰਾ ਡਿਜ਼ਾਈਨਰ ਅਨੀਤਾ ਡੋਂਗਰੇ ਦਾ ਬ੍ਰਾਂਡ ਹੋਏਗਾ ਜੀਲਾ 30230 ਦੀ ਰੇਂਜ ਦੇ ਅੰਦਰ ਜੀ 30000 ਦੀ ਰੇਂਜ ਹੋਏਗਾ ਜੀ ਆਰਟੀਕਲ ਨੰਬਰ ਮੇਰਾ 19 ਜੀ ਔਰ ਲਾਸਟ ਆਰਟੀਕਲ ਦਿਖਾਣ ਜਾ ਰਿਹਾ ਤੁਹਾਨੂੰ ਵੰਟ orange ਕਲਰ ਇਹ ਸਿਰਫ ਤੁਹਾਨੂੰ ਕਲਰ ਸਿਰਫ ਗਾਵਾ ਡਿਨ ਸਿਲਕ ਜਿਹੀ ਮਿਲ ਸਕਦਾ ਵਾ ਕਿਸੇ ਵੀ ਕਰੇਬ ਕਿਸੇ ਵੀ ਜੋੜ ਤੇ ਪਰ ਕਿਸੇ ਵੀ ਫੈਬਰਿਕ 'ਚ ਇਹ ਕਲਰ ਨਹੀਂ ਆਂਦਾ ਆ ਲੋ ਇਹ ਸਾਰਾ ਪਿੱਟਾ ਵਰਗਾ ਪੂਰਾ ਜਾਲ ਬਣਿਆ ਹੋਇਆ ਵਾ ਇਸ ਤਰ੍ਹਾਂ ਸੀਕਵੈਂਸ ਹੋਏ ਕਿ ਸਾਈਡ ਤੇ ਬਾਜ਼ੂ ਨੇ ਔਰ ਸਲਵਾਰ ਤੇ ਇਸ ਤਰ੍ਹਾਂ ਹਲਕਾ ਜਿਹਾ ਬਾਰਡਰ ਆ ਕਿ ਤੁਸੀਂ ਸਲਵਾਰ ਚਾਹਨੇ ਹੋ ਪਲਾਜ਼ੋ ਚਾਹਨੇ ਹੋ ਪੈਂਟ ਚਾਹਨੇ ਹੋ ਯੂਰ ਥੋੜੀ ਰਿਕੁਆਇਰਮੈਂਟ ਹੈਗੀ ਆ ਕਿਉਂਕਿ ਸਾਰੀ ਆਲ ਓਵਰ ਸਿਲਕ ਆ ਪਿਓਰ ਗਾਵਰਡਨ ਸਿਲਕ ਹੋਏਗੀ ਪੂਰੀ 5.5 ਮੀਟਰ ਦੀ ਕੀ ਬਾਤ ਹੈ ਜੀ ਬਿਊਟੀਫੁਲ ਦੁਪੱਟਾ ਦੇਖੋ ਜੀ ਸਿਸਟਰ ਜੀ ਅਮੇਜ਼ਿੰਗ ਦੁਪੱਟਾ ਫੋਰ ਸਾਈਡ ਬਾਰਡਰ ਵੀ ਆ ਸੀਕਵੈਂਸ ਹੈਗੀ ਆ ਪੇਟਾ ਬਾਕਸ ਲਿਆ ਹੋਇਆ ਵਾ ਇਹ ਹੈਗਾ ਜੀ ਔਰੇਂਜ ਕਲਰ ਇਹ ਹੈਗਾ ਮੇਰਾ ਡਿਜ਼ਾਈਨ ਨੰਬਰ 20 ਲਾਸਟ ਆਰਟੀਕਲ ਹੋਏਗਾ ਜੀ ਵੀਡੀਓ ਦਾ 23180 23180 ਦੀ ਰੇਂਜ ਹੋਏਗਾ ਜੀ ਮੇਰਾ ਡਿਜ਼ਾਈਨ ਨੰਬਰ 20 ਜੀ ਇਹ ਆ ਮੇਰੇ ਨੰਬਰ ਹੈਗੇ ਨੇ ਦੁਬਾਰਾ ਨੋਟ ਕਰ ਲਓ ਇੱਕ ਵਾਰੀ ਸਕਰੀਨਸ਼ਾਟ ਲੈ ਲਓ ਨੰਬਰ ਸੇਵ ਕਰ ਲਓ ਕਿ ਤੁਸੀ ਕੋਈ ਵੀ ਆਪਣਾ ਆਰਡਰ ਪਲੇਸ ਕਰਨਾ ਹੋਵੇ ਕੋਈ ਵੀ ਇਨਕੁਆਰੀ ਕਰਨੀ ਆ ਕਿਸੇ ਵੀ ਨੰਬਰ ਤੇ ਕਾਲ ਕਰਕੇ ਜਾਂ ਸਕਰੀਨਸ਼ਾਟ ਭੇਜ ਕੇ ਆਪਣੇ ਪੀਸਾਂ ਦੀ ਬੁਕਿੰਗ ਕਰ ਸਕਦੇ ਹੋ ਸ਼ਿਪਿੰਗ ਸਾਡੀ ਵਰਲਡਵਾਈਡ ਆ ਔਰ ਹਰ ਰੋ ਤਰ੍ਹਾਂ ਫੋਤੇ ਪ੍ਰਵਾਨ ਕਰਿਓ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ